ਮੁਟਿਆ ਰਿਹਾ ਦੂਜਾ ਪਤਾ ਨੀ ਤੈਨੂੰ ਆਉਣਾ ਕਿ ਨਹੀਂ ਆਉਣਾ ਜਿਹੜਾ ਤੇਰੇ ਸਿਰ ਦੀ ਚਾਦਰ ਲਾ ਕੇ ਤੇਰੇ ਪੈਰਾਂ 'ਚ ਵਿਛਾਣੀ ਚਾਹੁੰਦਾ ਦਿਲ ਦਾ ਬੂਹਾ ਖੋਲ ਕੇ ਅੰਦਰ ਆਉਣਾ ਚਾਹੁੰਦਾ ਬੋਲ ਦੀ ਕਿਉਂ ਨੀ ਮੁਟਿਆਰੇ ਕਿਧਰੇ ਮਾਖਾ ਨੱਤ ਦੁਨੀਆ ਤੇ ਦੁਬਾਰਾ ਤੇ ਨਹੀਂ ਜੰਪਿਆ ਜਿਹੜਾ ਪੂਰੇ ਪੰਜੀਆਂ ਪਿੰਡਾਂ 'ਚ ਤੈਨੂੰ ਫ੍ਰੀ ਨਚਾਉਣਾ ਚਾਹੁੰਦਾ ਬੋਲ ਦੀ ਕਿਉਂ ਨਹੀਂ ਪਿਛਲੀ ਵੱਡੀ ਈਦ ਤੇ ਵੀ ਤੂੰ ਇਹੋ ਹੀ ਆਖਿਆ ਸੀ ਨੱਤਾ ਫੇਰ ਸ਼ੇਪ ਕਰਦਾ ਕਰਦਾ ਮੈਨੂੰ ਕਹਿੰਦਾ ਮੌਲਿਆ ਤੂੰ ਗਲੇ 'ਚ ਲਾਲ ਰੁਮਾਲ ਪਾਇਆ ਮੈਂ ਕਿਹਾ ਨਹੀਂ ਕਹਿੰਦਾ ਬਸ ਫਿਰ ਟੱਕ ਲੱਗ ਗਿਆ ਈ ਓਏ ਜੇ ਚੁਗਤਾਂ ਹੀ ਕਰਨੀਆਂ ਨਹੀਂ ਤੇ ਬਦਮਾਸ਼ੀ ਛੱਡ ਦੇ ਜਾਂ ਇਸ ਪੰਜਾਬ ਨੂੰ ਕਹੋ ਕੁਛ ਹੋਰ ਵੱਡਾ ਹੋ ਜਾਏ ਵੱਡਾ ਖੁੱਲੇ ਹੋ ਜਾਓ ਯਾਰ ਪਿੱਛੇ ਪਿੱਛੇ ਹੋ ਜਾਓ ਜਾਂ ਫਿਰ ਮੈਨੂੰ ਕੋਈ ਬਦਵਾ ਦੇ ਕਿ ਮੇਰਾ ਕੋਈ ਇਹੋ ਜਿਹਾ ਦੁਸ਼ਮਣ ਜੰਮੇ ਜਿਹਦੀ ਨੂਰੀ ਨੱਤ ਆਪ ਜਾ ਕੇ ਝੰਡ ਲਾਵੇ ਸੋਹਣਿਆ
ਹੁਣ ਤੇ ਮਾਵਾਂ ਨੇ ਤੇਰੇ ਕੋਲੋਂ ਬੱਚਿਆਂ ਦੀਆਂ ਟਿੰਡਾਂ ਕਰਾਉਣੀਆਂ ਵੀ ਬੰਦ ਕਰ ਦਿੱਤੀਆਂ ਨਤਾ। ਉਹ ਕਿਉਂ? ਉਹ ਇਸ ਲਈ ਕਿ ਤੂੰ ਵਾਲ ਖਾ ਜਾਂਦਾ। ਅੱਜ ਤੈਨੂੰ ਸਾਰੀ ਬਦਮਾਸ਼ੀ ਭੁੱਲ ਜਾਏਗੀ ਮੌਲਿਆ। ਇਹ ਇਹਦੇ ਨਾਲ ਸੌਦਾ ਤੋਲ ਕੇ ਦੇਣਾ ਜਾਂ ਨਾਲੀਆਂ ਚੋਂ ਡੱਕੇ ਕੱਢਣਾ? ਇਹਦੇ ਨਾਲ ਬੰਦੇ ਵੱਢਣਾ ਨਤਾ। ਤੂੰ ਕੀ ਸਮਝਿਆ ਇੰਜ ਕਰਕੇ ਮੈਂ ਮਾਲ ਰੋਡ ਤੇ ਮੰਗਣਾ? ਮੌਲਾ ਆਇਆ ਭਾਈ ਸਾਹਿਬ ਮਦਦ ਕਰੋ। ਤੂੰ ਵੀ ਕਦੀ ਇਹਦੇ ਨਾਲ ਕੋਈ ਬੰਦਾ ਮਾਰਿਆ ਕਿ ਸੁਬਹ ਉੱਠ ਕੇ ਮਸਵਾਕਾਂ ਹੀ ਲਾਉਣਾ? ਇਹ ਜਦੋਂ ਤੇਰੇ ਟੋਟੇ ਕਰਾਂਗਾ ਤੈਨੂੰ ਆਪ ਪਤਾ ਲੱਗ ਜਾਏਗਾ। ਪਹਿਲਾਂ ਤੇਰੀਆਂ ਬਾਹਾਂ ਵੱਡਾਂਗਾ, ਫਿਰ ਤੇਰੀਆਂ ਲੱਤਾਂ। ਉਹ ਜੁੱਤੀ ਭਾਬੀ ਦੀ ਪਾਈ ਆ? ਆ ਜਦੋਂ ਦੁਸ਼ਮਣ ਸਿਰ ਤੇ ਚੜੇ ਹੋਣ ਫਿਰ ਜੁੱਤੀਆਂ ਦੀਆਂ ਮੈਚਾਂ ਨਹੀਂ ਹੁੰਦੀਆਂ ਨਤਾ। ਓਏ ਮੌਲਿਆ, ਓਏ ਪੋਤਰੇ ਤੇ ਦੋਤਰਿਆਂ ਦੀ ਹਜ਼ਾਰ ਕਟਿੰਗ ਕਰਾ ਕੇ ਆਪ ਲਿਟਾਂ ਰੱਖ ਲਈਆਂ ਨੀ? ਠੰਡੇ ਸਾਬਣ ਨੂੰ ਫੂਕਾ ਨੀ ਮਾਰੀ ਦੀਆਂ ਨਤਾ। ਤੇਰੀ ਖੁਸ਼ ਨਸੀਬੀ ਇਹ ਵੇ ਕੇ ਜੱਟ ਦੇ ਫਰੰਟ ਤੇ ਹਲੀ ਵਾਲ ਨੀ ਆਏ। ਤੇ ਜਾ ਫਿਰ ਇੱਥੋਂ, ਚਲਾ ਜਾ ਮੌਲਿਆ, ਚਲਾ ਜਾ। ਕਿੱਥੇ ਚਲਾ ਜਾਵਾਂ? ਮੇਰਾ ਘਰ ਹੈ ਇੱਥੇ। ਓਏ ਜਾ ਕੇ ਕੋਈ ਨਿਆਜ਼ਾ ਨਿਊਜ਼ਾਂ ਦੇ। ਤੇਰੀ ਜ਼ਿੰਦਗੀ ਦੇ ਸਾਹ ਹੋਰ ਲੰਮੇ ਹੋ ਗਏ ਨੀ? ਓ ਕਿਉਂ ਏ? ਇਸ ਲਈ ਕਿ ਨੂਰੀ ਨੱਤ ਨੂੰ ਖੁਰਕ ਪੈ ਗਈ ਆ। ਤੇ ਮੈਂ ਵੀ ਕਦੀ ਆਪਣਾ ਦੁਸ਼ਮਣ ਤੰਦਰੁਸਤ ਕਰਨ ਤੋਂ ਬਗੈਰ ਨਹੀਂ ਮਾਰਿਆ ਨਤਾ। ਜਾ ਲਾਰੀ ਅੱਡੇ ਚਲਾ ਜਾ। ਨਿਊ ਖਾਨ ਦਾ ਸਟੈਂਡ ਵੇਖਿਆ ਈ? ਹਾਂ। ਉਹਦੇ ਸਾਹਮਣੇ ਬਾਬਾ ਖੁਰਕ ਦੀ ਮਲਮ ਵੇਚਦਾ ਈ, 5 ਰੁਪਏ ਦੀ ਡੱਬੀ ਦਿੰਦਾ ਈ। ਓਏ ਜੇ 3 ਡੱਬੀਆਂ ਲਏਗਾ ਤੇ 10 ਦੀਆਂ ਦੇ ਗਈ। ਜਾ ਮਲਮ ਲੈ ਕੇ ਪਹਿਲਾਂ ਆਪਣੇ ਸੀਨੇ ਤੇ ਮਲ, ਤਾਂ ਕਿ ਜਦੋਂ ਤੇਰੀ ਹਿੱਕ ਤੇ ਜੱਟ ਦਾ ਗੰਡਾਸਾ ਚੱਲੇ ਇਹਦੀ ਸੋਟੀ ਨੂੰ ਖੁਰਕ ਨਾ ਪਵੇ। ਓਏ ਓਏ ਮੌਲਿਆ, ਇਹਨੂੰ ਮਲਮ ਨਾਲ ਨਹੀਂ, ਤੇਰੇ ਖੂਨ ਨਾਲ ਰਾਮ ਆਉਣਾ ਹੀ। ਨਾ ਬੰਦੂਕ ਰੰਗੀਲੇ ਵਾਂਗੂ ਕਿਉਂ ਫੜੀ? ਮੌਲਿਆ, ਓਏ ਜਿਗਰ ਦਾ ਟੋਟਾ ਵੀ ਲੈ ਜਾ ਤੇ ਇੱਥੇ ਇੱਕ ਸਿਗਰ ਦਾ ਟੋਟਾ ਹੀ ਉਹ ਵੀ ਲੈ ਜਾ। ਤੇਰੀ ਖੁਸ਼ ਨਸੀਬੀ ਸਿਰਫ ਇਹ ਵੇ ਨਤਾ ਕਿ ਜੱਟ ਨੇ ਚਰਸ ਪੀਣੀ ਬੰਦ ਕਰ ਦਿੱਤੀ ਹੈ, ਨਹੀਂ ਤਾਂ ਤੇਰੇ ਸਿਗਰ ਚੋਂ ਇਹ ਹਾਲ ਜਿਹਾ ਧੂੰਆਂ ਕੱਢਣਾ ਸੀ ਕਿ ਤੂੰ ਕਸ ਲਾਉਣ ਨੂੰ ਵੀ ਤਰਸਣਾ ਸੀ। ਚਰਸੀ ਲੱਗਾ ਮੌਲਿਆ, ਆ ਛੱਡ ਬੈਠਾ, ਚਲਾ ਜਾ ਇੱਥੋਂ। ਓਏ ਗੋਲੀ ਮਾਰ ਦਵਾਂਗੀ। ਵੀਰਾਂ ਵਾਲ ਬੰਦੂਕਾਂ ਸਿੱਧੀਆਂ ਨਹੀਂ ਕਰੀਦੀਆਂ ਭੈਣਾ, ਇਸ ਤਰ੍ਹਾਂ ਵੀਰ ਫਿਰ ਸਿੱਧੀ ਹੋ ਜਾਂਦੇ ਨੇ। ਓਏ ਵੀਰੀ ਕੈਦ ਤਈ, ਜੇ ਕੈਦ ਤਈ ਤੇ ਦੁਆ ਕਰ ਮੈਂ ਕੱਲ ਤੱਕ ਗ੍ਰਿਫਤਾਰ ਹੋ ਜਾਵਾਂ। ਜੇ ਗ੍ਰਿਫਤਾਰ ਹੁੰਦਾ ਐਡਾ ਹੀ ਸ਼ੌਕ ਤੇ 2 ਗਾਣੇ ਕਰ, ਸ਼ਾਮੋਂ ਪਹਿਲੇ ਨਾ ਫੜੀ ਗਈ ਤੇ ਮੈਨੂੰ ਮੌਲਾ ਨਾ। ਅੱਛਾ ਮੌਲਿਆ, ਬਹੁਤ ਅੱਛਾ। ਓਏ ਓਏ ਭੈਣ ਨਚਾ ਕੇ ਨਵਾਂ ਗੰਡਾਸਾ ਲੈਣਾ ਚਾਹੁੰਦਾ ਮੌਲਿਆ। ਗੰਡਾਸਾ ਬੜਾ 25,000 ਦਾ ਹੁੰਦਾ ਹੈ ਨਾ? ਉਹ ਪੀਪਾ ਵੱਢ ਕੇ ਸੋਟੀ ਅੱਗੇ ਲਾ ਲੈ ਗੰਡਾਸਾ ਲਿਆ। ਗ੍ਰਿਫਤਾਰ ਨਹੀਂ ਹੋਣਾ ਚਾਹੁੰਦੀ, ਕਤਲ ਚ ਹੋਣਾ ਚਾਹੁੰਦੀ ਆ, ਕਤਲ ਚ।
ਵੀਰਾਂ ਦੇ ਸਾਹਮਣੇ ਕਤਲਾਂ ਤੇ ਗ੍ਰਿਫਤਾਰੀ ਦੀਆਂ ਗੱਲਾਂ ਨਹੀਂ ਕਰੀਦੀਆਂ ਨਾ ਸੁਣੀਏ। ਇਸ ਤਰ੍ਹਾਂ ਵੀਰਾਂ ਦੇ ਸਿਰ ਨੀਵੇਂ ਹੋ ਜਾਂਦੇ ਨੇ। ਓਏ ਰੱਬ ਦੀ ਸੌਂ, ਜੇ ਤੇਰੇ ਵੀਰਾਂ ਦੇ ਸਿਰ ਨੀਵੇਂ ਹੋ ਗਏ ਤੇ ਦੋਵਾਂ ਦੀਆਂ ਵਿਗਾਂ ਜਾ ਪੈਣੀਆਂ ਨੀ। ਨੱਤ ਨੇ ਬਿਲਕੁਲ ਠੀਕ ਆਖਿਆ ਦਾਰੋ, ਮੈਂ ਤੇ ਫਿਰ ਪਿੰਨਾਂ ਲਾਈਆਂ ਨੇ, ਇਹਦੇ ਕੋਲ ਤੇ ਪਿੰਨਾਂ ਲਾਉਣ ਨੂੰ ਵੀ ਜਗ੍ਹਾ ਨਹੀਂ। ਇਹਨੇ ਤਾਲੂ ਚ ਕਿੱਲ ਲਵਾਇਆ ਹੋਇਆ ਤੇ ਕੰਨਾਂ ਨੂੰ ਤਾਂਬੇ ਦੀ ਤਾਰ ਪਈ। ਓਏ ਤੂੰ ਕਿਤੇ ਉਸ ਕਤਲ ਦੀ ਗੱਲ ਤੇ ਨਹੀਂ ਕਰ ਰਹੀ ਜਿਹਨੂੰ ਮੈਂ ਉਸਤਰੇ ਮਾਰ ਮਾਰ ਕੇ ਇਸ ਚੌਂਕ ਚ ਢੇਰੀ ਕੀਤਾ? ਨਹੀਂ ਓ ਨਤਾ, ਉਸ ਕਤਲ ਦੀ ਗੱਲ ਕਰ ਰਹੀ ਹੈ ਜਿਹੜਾ ਮੌਲੇ ਨੇ ਰਾਤੀ ਇਸ ਚੌਂਕ ਚ ਕੀਤਾ। ਕਿਉਂ ਦਾਰੋ? ਆਹੋ ਆਹੋ ਆਹੋ, ਇੱਕ ਵਾਰੀ ਕਹਿ ਦੇ, ਅਸਾਂ ਮੰਨਣਾ ਨਹੀਂ। ਓ ਯਾਰ, ਉਹ ਬਿੱਟ ਬਣਾਉਣ ਡਈ ਆ, ਸਮਝੀਦਾ ਹੁੰਦਾ। ਆਹੋ, ਉਸੇ ਕਤਲ ਦੀ ਗੱਲ ਕਰ ਰਹੀ ਹੈ ਜਿਹਨੂੰ ਮੈਂ ਆਪ ਛੁਰੀਆਂ ਮਾਰ ਮਾਰ ਕੇ, ਗੋਲੀਆਂ ਮਾਰ ਮਾਰ ਕੇ ਆਪਣੇ ਕਲੀਨਿਕ ਦੇ ਸਾਹਮਣੇ ਸੁੱਟਿਆ। ਉਹ ਜੇ ਮਾਫੀ ਮੰਗਣੀ ਸੀ ਤੇ ਉਂਝ ਹੀ ਆ ਜਾਂਦਾ, ਪਰਚਾਈ ਨਿਚਾਉਣ ਦੀ ਕਿਹੜੀ ਲੋੜ ਸੀ? ਅਬੇ ਓਏ ਦੁਸ਼ਮਣਾ, ਮੈਂ ਬਦਮਾਸ਼, ਮੇਰਾ ਬਾਪ ਬਦਮਾਸ਼, ਮੇਰਾ ਸਾਲਾ ਬਦਮਾਸ਼, ਮੇਰੀ ਬੁੱਢੀ ਬਦਮਾਸ਼। ਅਬੇ ਮੇਰਾ ਵੀ ਤਾਂ ਜ਼ਿਕਰ ਕਰ। ਜਿੰਨੇ ਜੰਮਿਆ ਉਹ ਕਦੋਂ ਸ਼ਰੀਫ ਹੋਣੀ? ਮੈਂ ਬਦਮਾਸ਼, ਅਸੀਂ ਇੱਥੇ ਭੱਲੇ ਲਾ ਕੇ ਖਲੋਤੇ ਆ। ਜੇ ਭੱਲੇ ਲਾ ਹੀ ਬੈਠਾ ਨੱਤਾ ਤੇ ਫਿਰ ਪੰਜ ਪਲੇਟਾਂ ਭੇਜ। ਓਏ ਮੌਲਿਆ, ਉਹ ਪਹਿਲਾਂ ਪਿਛਲੇ ਪੈਸੇ ਤੇ ਦੇ ਦੇ ਸੋਹਣਿਆ। ਤੈਨੂੰ ਕਿੰਨੀ ਵਾਰੀ ਕਿਹਾ ਹੋਇਆ ਅੱਠੀ ਦਿਨੀ ਹਿਸਾਬ ਕਰਿਆ ਕਰ। ਮੈਂ ਕੋਈ ਮਾਮੂਲੀ ਬਦਮਾਸ਼ ਨਹੀਂ। ਹਾਂ, ਲੰਗੜੇ ਆਦਮੀ ਕੋ ਤਾਂ ਮੈਂ ਭਾਗਣੇ ਨਹੀਂ ਦਿੱਤਾ, ਟੁੰਡੇ ਬੰਦੇ ਕਾ ਮੈਂ ਬਾਸੂ ਮਰੋੜ ਦਿੱਤਾ ਹੂੰ। ਅੰਨਾ ਦੀਆਂ ਤੇ ਅੱਖਾਂ ਹੀ ਕੱਢ ਲੈਂਦਾ ਹੋਏਗਾ ਨਾ। ਪੜਕਾ ਮਾਰੀ ਜਾਣ ਲਈ ਤੈਨੂੰ ਲੱਸੀ ਚੜ ਜਾਂਦੀ ਹੈ? ਖੜਾ, ਉਧਰ ਖੜਾ ਹੋ। ਮੈਂ ਬਦਮਾਸ਼ ਨਹੀਂ ਕਹਿੰਦਾ, ਮੈਂ ਬਦਮਾਸ਼ ਨਹੀਂ ਹੋ, ਤੇਰੇ ਨਾਲ ਉੱਥੇ ਮੂੰਗਰੇ ਤਗੜੇ ਹੁੰਦੇ। ਲਗਤਾ ਤੁਝੇ ਬਹਾਦਰੀ ਕਾ ਕਿੱਸਾ ਸੁਣਾਣਾ ਹੀ ਪੜੇਗਾ। ਸਮਾਪ ਕਰ ਭਈਏ। ਵਨਸ ਅਪਨ ਅ ਟਾਈਮ ਦੇਰ ਵਾਸ ਅ ਥਰਸਟੀ ਕਰੋ। ਇੱਕ ਦਫਾ ਜੰਗਲ ਮੈਂ ਗਿਆ ਹੂੰ, ਧਰ ਮਜਲਾ ਧਰ ਕੁਚਾ, ਸਾਹਮਣੇ ਸੇ ਸ਼ੇਰ ਆਇਆ, ਮੈਂ ਨਹੀਂ ਡਰਾ, ਸ਼ੇਰ ਨੇ ਲਗਾਇਆ ਜੰਪ, ਮੈਨੇ ਰਿਮੋਟ ਉਠਾ ਕੇ ਚੈਨਲ ਹੀ ਬਦਲ ਦਿੱਤਾ। ਆ ਬਾ 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 ਅੱਛਾ ਬਾ 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 ਤੇਰਾ ਕੀ ਤੇਰਾ ਬੂਹੇ ਚਾਠਾ ਜਾਂ ਬਾ ਬਾ ਜਾ ਜਾ ਬਾ ਬਾ ਕਤਲ ਮੈਂ ਕੀਤਾ। ਓ ਜਾ ਬੀਬੀ ਮੰਨਿਆ ਚ ਸਰਬ ਵੇਚ ਆ ਕੇ, ਅਭੀ ਤੋ ਇੱਕ ਕਤਲ ਹੋਏ, ਲਾਸ਼ ਹੋ ਕੇ ਢੇਰ ਲਗਾ ਦੂੰਗਾ। ਬਸ ਕਰ ਅਚੂ, ਬਸ ਕਰ, ਹੋਰ ਕਿੰਨੇ ਕਤਲ ਕਰੇਗਾ? ਹਨੀਫਾ, ਲਾਸ਼ ਇੰਜੋਏ ਕਰ।